जी, वाहिगुरु जी का खालसा, वाहिगुरु जी की फतेह जी। संगत जी, आपां अज एक दो बेनतियां करनियां तुहानू। एक ते उह गुरलाल सिंह टकसाल, नहीं पता जी केड़ी नाल आ, क्योंकि टकसाल भी दो तीन तरह नाल हैगे आ, टकसालां कहिंदे जिद्दां, है ना, जाने आपां कह लैंदे आ वी गुरलाल सिंह उहदा नाम, है ना। एक नाम के बनजारे ग्रुप आ, जां उहदी आई डी बनाई हुई है जी, नाम के बनजारे आ उहदा नाम, ते दमाला जिहा सजाया उहदे संतरी। तां उह वीर काफ़ी मतलब जिहड़ी मार्केट आ उहदे विच आपदा प्रमोशन चाहुंदा, है ना, वीजा वूजा दवाओ उहनूं भाई, बेनती करी जांदी आ, विरोधियां नूं बेनती आ वी लवा दो उहदा वीजा वूजा हुण देखो। पर बाकी उहनूं इक सलाह वी आ ਵੀ ਥੋੜ੍ਹਾ ਜਿਹਾ ਹੋਰ ਬੋਲਣਾ ਪੈਣਾ ਉਹਨੂੰ, ਘੱਟ ਬੋਲਿਆ, ਇੰਨੀ ਕੁ ਨਾਲ ਗੱਲ ਨਹੀਂ ਬਣਦੀ ਹੈ ਜਿੰਨੀ ਕੁ ਉਹ ਗੱਲ ਕਰ ਰਿਹਾ ਵਾ। ਉਹ ਤਾਂ ਬਹੁਤ ਗੱਲਾਂ ਲੋਕ ਇੱਦੋਂ ਵੱਡੀਆਂ ਵੱਡੀਆਂ ਕਰੀ ਜਾਂਦੇ, ਥੋੜ੍ਹੀ ਜਿਹੀ ਉੱਚੀ ਆਵਾਜ਼ 'ਚ ਨਾ ਹੋਰ ਬੁਲੰਦ ਕਰਕੇ ਬੋਲ, ਫਿਰ ਵੀਜ਼ਾ ਮਿਲੂ, ਇੰਨੀ ਛੇਤੀ ਵੀਜ਼ਾ ਨਹੀਂ ਦਿੰਦੇ ਬਾਹਰਲੇ। ਉਹ ਨਾਮ ਕੇ ਬਣਜਾਰੇ ਵਾਲੇ ਲਈ ਮੈਂ ਲਾਈਵ ਹੋਇਆ ਸੀ ਸਪੈਸ਼ਲ, ਗੁਰਲਾਲ ਸਿੰਘ ਹੁਣੀ ਤਾਂ ਉਹ ਕਹਿੰਦੇ ਜਿਵੇਂ ਕਹਿੰਦਾ ਨਹੀਂ, ਉਹ ਕਹਿੰਦੇ ਵੀ ਕਹਿ ਦਿਓ, ਦੱਸ ਦਿਓ ਵੀ ਲੋਕਾਂ ਨੂੰ ਵੀ ਅਸੀਂ ਹੈਗੇ ਹਾਂ, ਹੈਗੇ ਹਾਂ, ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦੇ ਆ। ਉਹ ਕੰਮ ਗੁਰਲਾਲ ਸਿੰਘ ਦਾ, ਉਹ ਥੋੜ੍ਹੇ ਟਾਈਮ ਬਾਅਦ ਆ ਕੇ ਦੱਸਦੇ ਆ ਵੀ ਅਸੀਂ ਭਾਈ ਸਿੱਖ ਕੌਮ 'ਚ ਹੈਗੇ ਹਾਂ, ਸਾਨੂੰ ਵੀ ਤਿਲ ਫੁੱਲ ਭੇਟਾ ਪਾਉਂਦੇ ਰਿਹਾ ਕਰੋ ਵੀ ਅਸੀਂ ਵਿਰੋਧੀ ਹਾਂ, ਅਤੇ ਸਾਡੇ ਵੀਰ ਕਈ ਹੈਗੇ ਆ ਜਿਹੜੇ ਅਣਭੋਲ ਆ, ਜਿਹੜੇ ਬਾਹਰਲੀਆਂ ਕੰਟਰੀਆਂ 'ਚ ਬੈਠੇ, ਉਹ ਪੈਸੇ ਪੂਸੇ ਪਾ ਦਿੰਦੇ ਇਹਨਾਂ ਨੂੰ, ਅਤੇ ਉਹਨਾਂ ਦਾ ਚਲੋ ਤੋਰੀ ਫੁਲਕਾ ਚੱਲਦਾ, ਚੱਲੀ ਜਾਣ ਦਿਓ, ਚਲੋ ਉਹਨਾਂ ਦਾ ਚਲੋ ਖੈਰ। ਜਿਹੜਾ ਇਹ ਨਾਮ ਕੇ ਬਣਜਾਰੇ ਵਾਲਾ ਵੀਰ ਆ, ਇਹ ਕਹਿੰਦਾ ਵੀ ਜਿਹੜੀ ਸੰਗਤ ਅੱਗੇ ਬੈਠੀ ਹੁੰਦੀ ਆ ਨਾ, ਕਹਿੰਦਾ ਪਤਾ ਨਹੀਂ ਘੁੱਗੂ ਕਿਹਾ ਜਾਂ ਕੁਛ ਇੱਦਾਂ ਇਹਨਾਂ ਨੇ ਕਿਹਾ, ਵੀ ਕਹਿੰਦਾ ਜਿਹੜੇ ਉਹ ਮੂਹਰੇ ਬੈਠੇ ਹੁੰਦੇ ਆ, ਕਹਿੰਦੇ ਵੀ ਉਹਨੂੰ ਮਤਲਬ ਉਹਨਾਂ ਨੂੰ ਕਹਿੰਦੇ ਕੁਛ ਪਤਾ ਨਹੀਂ ਹੁੰਦਾ, ਕਹਿੰਦੇ ਵੀ ਉਈਂ ਉਇਓਂ ਸਿਰ ਹਿਲਾਈ ਜਾਂਦੇ ਆ। ਅਤੇ ਫਿਰ ਇਹ ਕਹਿ ਰਿਹਾ, ਕਹਿੰਦਾ ਭਾਈ ਸਾਹਿਬ ਮੇਰੇ ਨਾਲ ਵਿਚਾਰ ਕਰੋ ਜੀ, ਕਹਿੰਦਾ ਵੀ 15 ਤਰੀਕ ਤੱਕ ਕਹਿੰਦਾ ਵੀ ਗੱਲ ਕਰ ਲਓ ਮੇਰੇ ਨਾਲ, ਵੀ ਮੈਂ ਤਾਂ ਐਡਾ ਵਿਦਵਾਨ ਹੈ ਨਹੀਂ ਗਾ। ਵੀ ਭਰਾਵਾ, ਜੇ ਤੂੰ ਵਿਦਵਾਨ ਹੈ ਨਹੀਂ ਤਾਂ ਫਿਰ ਤੂੰ ਗੱਲ ਕੀ ਕਰਨੀ ਆ, ਜੇ ਤੇਰੇ ਪੱਲੇ ਹੀ ਕੱਖ ਹੈ ਨਹੀਂ ਗਾ ਫਿਰ ਤੂੰ ਵਿਚਾਰ ਕਾਹਦੀ ਕਰਨੀ ਆ। ਚੱਲ ਤੇਰੇ ਪੱਲੇ ਤਾਂ ਕੁਛ ਹੈਗਾ ਜਾਂ ਨਹੀਂ ਹੈਗਾ, ਪਰ ਤੂੰ ਫਿਰ ਵੀ ਲਾਈਵ ਹੋ ਕੇ ਕਿਹਾ ਭਾਈ ਸਾਹਿਬ ਤਾਂ ਤੇਰੇ ਨਾਲ ਗੱਲ ਕਰਦੇ ਜਾਂ ਨਹੀਂ ਕਰਦੇ, ਇੰਨੀ ਤੇਰੀ ਔਕਾਤ ਹੈ ਨਹੀਂ ਵੀ ਉਹ ਤੇਰੇ ਲਈ ਸਮਾਂ ਕੱਢਣ, ਪਰ ਚੱਲ ਮੈਨੂੰ ਮਾੜਾ ਮੋਟਾ ਸਮਝ ਲਾ, ਹੈ ਨਾ, ਵੀ ਚੱਲ ਘੁੱਗੂ ਸਮਝ ਲਾ, ਚੱਲ ਯਾਰ ਤੂੰ ਕਹਿੰਦਾ ਵੀ ਉਹਨਾਂ ਦੇ ਸਾਹਮਣੇ ਜਿਹੜੀਆਂ ਬੈਠੀਆਂ ਉਹ ਭੇਡਾਂ ਹੁੰਦੀਆਂ, ਕਹਿੰਦਾ ਚੱਲ ਜੋ ਮੈਂ ਜੋ ਸਮਝਣਾ ਤੂੰ ਸਮਝ ਲਾ ਯਾਰ, ਬਾਈ ਤੈਨੂੰ ਮੈਂ ਨੰਬਰ ਦਊਂਗਾ ਮੈਸੇਂਜਰ 'ਤੇ ਆ ਜਾ, 15 ਮਿੰਟ ਲਾਈਵ ਹੋ ਕੇ ਗੱਲ ਕਰ ਲਈ, ਰਿਕਾਰਡ ਕਰ ਲਈ ਮੇਰੀ ਗੱਲ, ਮੇਰੇ ਨਾਲ 15 ਮਿੰਟ ਮੇਰੀ ਗੱਲ ਦਾ ਜਵਾਬ ਦੇ ਦੀ, ਮੈਂ ਲਿਖਣਾ ਵੀ ਛੱਡ ਦੂੰ, ਆਪਦੀ ਆਈ ਡੀ ਵੀ ਡਿਲੀਟ ਕਰ ਦੂੰ, ਭਾਈ ਸਾਹਿਬ ਕੋਲ ਵੀ ਜਾਣਾ ਛੱਡ ਦਾਂਗੇ ਯਾਰ, ਮੈਂ ਤੇਰੇ ਮੂਹਰੇ ਆ ਕੇ ਬੈਠ ਜੂੰਗਾ, ਤੂੰ ਸੁਣਾਇਆ ਕਰੀ ਵੀ ਗੁਰਮਤਿ ਕੀ ਆ, 10 ਤੋਂ 15 ਮਿੰਟ ਮੇਰੇ ਨਾਲ ਗੱਲ ਕਰ ਲਾ ਮਿੱਤਰਾ, ਮੈਸੇਂਜਰ 'ਤੇ ਆ ਜਾਈ, ਮੇਰੇ ਤੋਂ ਨੰਬਰ ਲੈ ਲਈ, ਕਿਉਂਕਿ ਇੱਥੇ ਕਤੀੜ ਬਹੁਤ ਆ ਜਿਹੜੀ ਗਾਲਾਂ ਬਹੁਤ ਕੱਢਦੀ ਆ, ਸਿੱਧਾ ਹਰ ਇੱਕ ਨੂੰ ਨੰਬਰ ਨਹੀਂ ਦੇਈਦਾ ਆਪਦਾ, ਉਹਨਾਂ ਨੇ ਆਪਦੀ ਔਕਾਤ ਦਿਖਾਉਣੀ ਹੁੰਦੀ ਆ, ਹੈ ਨਾ। ਅਤੇ ਜਿਹੜੇ ਵੀਰ ਮੇਰੀ ਪੋਸਟ ਸ਼ੇਅਰ ਕਰਨ ਨੂੰ ਤਾਂ ਰਹਿਣ ਦਿਓ ਜੀ, ਉਹਦੇ ਤੱਕ ਪਹੁੰਚਦੀ ਆ ਸਿੱਧੀ ਪਹੁੰਚਾ ਦਿਓ, ਲਿੰਕ ਕਾਪੀ ਕਰਕੇ ਕੋਈ ਲੋੜ ਨਹੀਂ, ਮਤਲਬ ਸ਼ੇਅਰ ਸ਼ੂਰ ਕਰਨ ਦਾ ਤਾਂ ਆਪਾਂ ਨੂੰ ਕੋਈ ਇੰਨਾ ਹੈ ਨਹੀਂ, ਹੈ ਨਾ। ਬਾਕੀ ਗੱਲ ਕਰਨੀ ਗੁਰਲਾਲ ਸਿੰਘ ਨਾਲ, ਗੁਰਲਾਲ ਸਿੰਘ ਜੀ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਨਾ, ਵੀ ਛੇਕੇ ਹੋਇਆਂ ਦੀ ਗੱਲ ਕਰਦੇ ਜਾਂ ਤੇਰੀ ਬੁੱਧੀ ਦਾ ਹੋਇਆ ਨਹੀਂ ਵਿਕਾਸ, ਜਿਹੜਾ ਉਹ 'ਚ ਸੰਪਰਦਾਇਕ ਜਿਹੜੀਆਂ ਉਹ ਗੱਲਾਂ ਭਰੀਆਂ ਹੋਈਆਂ, ਜਿਹੜੀ ਉਹਦੀ ਕਾਮਾ ਰੌਲੀ ਆ ਨਾ ਸੰਪਰਦਾਇਕ ਸ਼ਬਦਾਂ ਦੀ, ਇਹ ਤੈਨੂੰ ਰਣਜੀਤ ਨਗਾੜੇ ਵਾਲੀਆਂ ਗੱਲਾਂ ਨਹੀਂ ਸੁਣਨੀਆਂ। ਜਿਹੜਾ ਰਣਜੀਤ ਨਗਾੜਾ ਨਾ, ਜਦੋਂ ਬੰਦਾ ਸ਼ਾਂਤ ਹੁੰਦਾ ਫਿਰ ਦਹਿਲ ਪਾਉਂਦਾ, ਇਹ ਬਾਹਰੋਂ ਤਾਂ ਦਹਿਲ ਪਿਆ ਹੋਇਆ, ਪਰ ਜਿਹੜਾ ਅੰਦਰ ਜਾ ਕੇ ਸੁਰਤ 'ਚ ਵੱਜਣਾ ਜਦੋਂ ਨਗਾੜਾ, ਉਹ ਜਿਹੜੀ ਚੀਜ਼ ਆ ਉਹ ਤੇਰੇ ਸੰਪਰਦਾਇਕ ਲੋਕਾਂ ਦੇ ਖਾਨੇ ਪੈਣ ਵਾਲੀ ਖੋਪੜ 'ਚ ਨਹੀਂ ਪੈਣੀਆਂ ਤੁਹਾਡੇ ਗੱਲਾਂ, ਠੀਕ ਆ। ਇਸ ਕਰਕੇ ਤੁਸੀਂ ਬੜਾ ਜ਼ੋਰ ਜ਼ੋਰ ਨਾਲ ਲਾਇਆ ਕਰੋ, ਤੁਸੀਂ ਆਪਦਾ ਬ੍ਰਹਮ ਕਵਚ ਪੜ੍ਹਿਆ ਕਰੋ, ਚੱਕੋ ਫੱਟੇ ਜਿਹੜਾ ਮਤਲਬ ਸਿਮਰਨ ਜਾਪ ਕਰਾ ਕੇ, ਹੁਣ ਨਾਲੇ ਵੋਟਾਂ ਆਉਂਦੀਆਂ, ਸਿਮਰਜੀਤ ਸਿੰਘ ਮਾਨ ਨੂੰ ਦਿਓ ਸਪੋਰਟ, ਜਿਤਾਓ ਉਹਨਾਂ ਨੂੰ, ਸਿਮਰਜੀਤ ਸਿੰਘ ਮਾਨ। ਹੁਣ ਉਹ ਬੰਦਾ ਪੰਥ ਦਾ ਦਾਅਵੇਦਾਰ ਆ, ਉਹ ਕਹਿੰਦਾ ਵੀ ਮੈਨੂੰ ਪਤਾ ਲੱਗਿਆ ਸੀਗਾ, ਚਲੋ ਆਪਾਂ ਵੈਸੇ ਵੀ ਚਲੋ ਨਿਰਪੱਖ ਹੋ ਕੇ ਗੱਲ ਕਰੀਦੀ, ਆਪਾਂ ਤਾਂ ਨਿਰਭਉ ਹੀ ਹਾਂ, ਆਪਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਯਾਰ। ਮੇਰਾ ਇੱਕ ਦੋਸਤ ਆ ਗਾਂਧੀ ਗਾ, ਉਹਨੂੰ ਦੱਸਿਆ, ਕਹਿੰਦੇ ਵੀ ਸਿਮਰਜੀਤ ਸਿੰਘ ਮਾਨ ਕਹਿੰਦਾ ਇਹਨਾਂ ਦਾ ਕੋਈ ਰਿਸ਼ਤੇਦਾਰ ਮੂਹਰੇ ਕਰਿਆ ਹੋਇਆ ਆਪਦਾ, ਇਹਦਾ ਭਾਣਜਾ ਜਾਂ ਭਤੀਜਾ ਕੋਈ ਵੀ ਆ। ਉਹ ਬੰਦਾ ਗਾਂਧੀ ਗਾਂ ਦੱਸਦਾ ਸੀ, ਕਹਿੰਦਾ ਵੀ ਇਹ ਸਿਮਰਜੀਤ ਸਿੰਘ ਮਾਨ ਨੇ ਕਿਹਾ ਵੀ ਜਿਹੜੇ ਲਾਲੇ ਬਾਣੀਏ ਆ, ਜਿਹੜੀ ਹਿੰਦੂ ਫੈਮਲੀਆਂ ਨੇ, ਜਦੋਂ ਆਪਾਂ ਵੋਟਾਂ ਮੰਗਣ ਜਾਣਾ ਉਹਨਾਂ ਕੋਲ ਖਾਲਿਸਤਾਨ ਦੀ ਗੱਲ ਨਹੀਂ ਕਰਨੀ ਹੈਗੀ, ਕਹਿੰਦਾ ਉਹਨਾਂ ਨੂੰ ਕਹਿਣਾ ਵੀ ਅਸੀਂ ਵਿਕਾਸ ਕਰਾਂਗੇ, ਆਪਾਂ ਰਲ ਮਿਲ ਕੇ ਚੱਲਣਾ ਵਾ, ਆਪਾਂ ਵਿਕਾਸ ਦੇ ਰਾਹ ਤੁਰਾਂਗੇ, ਅਸੀਂ ਕਿਸੇ ਨਾਲ ਧੱਕਾ ਨਹੀਂ ਹੋਣ ਦਿੰਦੇ। ਕਹਿੰਦਾ ਜਿਹੜੇ ਹੈਗੇ ਪੰਜਾਬੀ ਜੱਟ ਬੂਟ ਬੰਦੇ, ਕਹਿੰਦਾ ਉਹਨਾਂ ਕੋਲ ਖਾਲਿਸਤਾਨ ਦੇ ਮੁੱਦੇ 'ਤੇ ਗੱਲ ਕਰਨੀ ਆ, ਇਹੋ ਜਿਹੇ ਸਾਡੇ ਬੰਦੇ ਆਗੂ ਆ ਜਿਹੜੇ ਮੂਹਰੇ ਲੱਗੇ ਫਿਰਦੇ ਆ।
ਤੇ ਵਾਕਈ ਜਿਹੜੇ ਬੰਦੇ ਉਹਨਾਂ ਦੇ ਥੱਲੇ ਲੱਗ ਕੇ ਹੁਣ ਤੱਕ ਕੰਮ ਕਰਦੇ ਰਹੇ ਆ, ਮੈਂ ਕਹਿੰਦਾ ਵੀ ਸਾਡੀ ਜਿਹੜੀ ਸੁਰਤ ਨੂੰ ਡਿਵੈਲਪ ਕਰ ਰਹੇ ਆ ਜਿਹੜੇ ਭਾਈ ਸਾਹਿਬ, ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ, ਇਹਨਾਂ ਬੰਦਿਆਂ ਨੇ ਸਾਡੇ ਸਿਰ ਤੇ ਬੈਠ ਕੇ ਸਾਨੂੰ ਸਾਨੂੰ ਸੋਚਣ ਦਾ ਤਾਂ ਮੌਕਾ ਹੀ ਨਹੀਂ ਦਿੱਤਾ। ਜਿਹੜਾ ਬੰਦਾ ਵੀ ਮਾੜੀ ਮੋਟੀ ਗੱਲ ਕਰਦਾ ਯਾਰ, ਜਦੋਂ ਗੁਰੂ ਨਾਨਕ ਪਾਤਸ਼ਾਹ ਅਗਲੇ ਦੇ ਗੜ੍ਹ ਦੇ ਵਿੱਚ ਜਾ ਕੇ ਉਹਨਾਂ ਦੇ ਉੱਤੇ ਸਵਾਲ ਕਰਦੇ ਆ ਵੀ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਗਲਤ ਕਰਦੇ ਹੋ, ਤਾਂ ਆਪਾਂ ਕਿਉਂ ਕੇਅਰ ਕਰੀਏ ਯਾਰ? ਸਾਨੂੰ ਕਿਸੇ ਦੀ ਕੇਅਰ ਨਹੀਂ ਹੈਗੀ, ਕੋਈ ਡੇਰਾ, ਕੋਈ ਸੰਪਰਦਾ, ਕੋਈ ਟਕਸਾਲ, ਕਿਸੇ ਦੀ ਕੇਅਰ ਨਹੀਂ ਹੈ। ਜਿਹੜਾ ਬੰਦਾ ਗਲਤ ਆ ਉਹਦੇ ਲਈ ਗੱਲ ਕਰਨੀ ਪੈਣੀ ਆ, ਨਹੀਂ ਤਾਂ ਤੁਹਾਡੇ ਘਰੇ ਆ ਕੇ ਤੁਹਾਡੀਆਂ ਧੀਆਂ ਭੈਣਾਂ ਨੂੰ, ਇਹ ਮੈਨੂੰ ਸ਼ਬਦ ਕਹਿਣਾ ਨਹੀਂ ਚਾਹੀਦਾ ਹੈਗਾ, ਧੀਆਂ ਭੈਣਾਂ ਨੂੰ ਵੀ ਹੱਥ ਪਾਉਣਗੇ, ਕਿਉਂਕਿ ਬੰਦੇ ਗੁੰਡੇ ਆ। ਜਿਹੜੇ ਬੰਦੇ ਤੁਹਾਨੂੰ ਇੰਨੀ ਗੱਲ ਕਹਿਣ ਦਾ ਅਧਿਕਾਰ ਨਹੀਂ ਦਿੰਦੇ, ਤੁਹਾਡੇ ਨਾਲ ਫੋਨ 'ਤੇ ਗੱਲ ਕਰਦੇ ਸਾਰ ਜਿਹੜੇ ਬੰਦੇ ਪਹਿਲਾਂ ਫਤਿਹ ਬੁਲਾ ਕੇ ਮਾਂ ਦੀ ਭੈਣ ਦੀ ਕਰ ਦਿੰਦੇ ਆ, ਉਹ ਬੰਦਿਆਂ ਦੇ ਹੱਥ ਦੇ ਵਿੱਚ ਜਦੋਂ ਹਥਿਆਰ ਆਉਣਗੇ ਜਾਂ ਇਹਨਾਂ ਦੇ ਹੱਥ ਦੇ ਵਿੱਚ ਕੋਈ ਪਾਵਰ ਆਊ, ਜਦੋਂ ਇਹ ਅਥਾਰਿਟੀ ਬਣਨਗੇ ਕੀ ਕਰਨਗੇ? ਜਿਹੜੇ ਸਾਡੇ ਬੰਦੇ ਇਹ ਸੋਚ ਕੇ ਚੁੱਪ ਕਰਕੇ ਬੈਠੇ ਆ, ਕਹਿੰਦੇ ਵੀ ਤੁਹਾਨੂੰ ਬੋਲਣਾ ਨਹੀਂ ਚਾਹੀਦਾ, ਆਪਾਂ ਕੀ ਲੈਣਾ, ਸਾਨੂੰ ਕੀ? ਜਿਹੜਾ ਗਲਤ ਕੰਮ ਹੁਣ ਤੱਕ ਹੋਇਆ ਜਾਂ ਹੋਊਗਾ ਉਹ ਮਾੜੇ ਬੰਦੇ ਦੇ ਕਰਨ ਨਾਲ ਘੱਟ ਹੋਇਆ, ਚੰਗੇ ਬੰਦੇ ਦੇ ਚੁੱਪ ਰਹਿਣ ਕਰਕੇ ਜ਼ਿਆਦਾ ਹੋਇਆ। ਜਿਹੜੀ ਆ ਦਸਤਾਰ ਬੰਨੀ ਹੋਈ ਆ, ਜਦੋਂ ਅਮੈਰੀਕਾ 'ਚ ਬੰਦਾ ਕੋਈ ਖੱਲਲਬਾਜ਼ੀ ਕਰਦਾ ਵਾ, ਕੋਈ ਬੰਦਾ ਟੈਰਰਿਸਟ ਨੂੰ ਅਟੈਕ ਨੂੰ ਮਤਲਬ ਇੱਕ ਇਸ ਤਰੀਕੇ ਨਾਲ ਪੇਸ਼ ਕਰਦਾ ਵੀ ਇਹ ਜਿਹੜਾ ਅਟੈਕ ਹੋਇਆ ਸੀਗਾ ਕੈਨੇਡਾ ਗੌਰਮੈਂਟ ਨੇ, ਜਿਹੜਾ ਆਪਾਂ ਨੇ ਮੱਥੇ 'ਤੇ ਕਲੰਕ ਲਾਇਆ ਸੀ ਗੌਰਮੈਂਟ ਨੇ ਵੀ ਇਹ ਜਿਹੜੇ ਸਿੱਖ ਨੇ ਆਤੰਕਵਾਦੀ ਆ, ਟੈਰਰਿਸਟ ਲੋਕ ਨੇ, ਇਹ ਇਹਨਾਂ ਤੋਂ ਸਾਨੂੰ ਖਤਰਾ ਵਾ, ਸਾਡੀ ਇਸ ਸਿੱਖ ਕਮਿਊਨਿਟੀ ਨੂੰ ਜਿਹੜਾ ਜਿਹੜੀ ਗੱਲ ਕਰਕੇ ਬਦਨਾਮੀ ਮਿਲੀ ਆ, ਜਿਹੜੇ ਲੋਕ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਨਹੀਂ ਨਹੀਂ ਇਹ ਠੀਕ ਆ, ਉਹ ਲੋਕ ਇਹ ਸਾਬਤ ਕਰ ਰਹੇ ਆ ਵੀ ਸਾਰੀਆਂ ਪੱਗਾਂ ਵਾਲੀ ਇੱਦਾਂ ਦੇ ਹੁੰਦੇ ਆ। ਅਤੇ ਸਾਨੂੰ ਇਹ ਗੱਲ ਕਹਿਣੀ ਪੈਣੀ ਆ ਵੀ ਅਸੀਂ ਇਸ ਜਿਹੜੀ ਸ਼੍ਰੇਣੀ ਆ, ਜਿਹੜੀ ਇਹ ਇੱਕ ਤਰ੍ਹਾਂ ਦੇ ਨਾਲ ਤਾਨਾਸ਼ਾਹ ਧੈਰਾ ਵੀ ਜਿਹੜੀ ਧੱਕੇ ਦੇ ਨਾਲ ਆਪਦੀ ਗੱਲ ਮਨਵਾਉਣਾ ਚਾਹੁੰਦੀ, ਅਸੀਂ ਇਹਨਾਂ ਲੋਕਾਂ ਦਾ ਹਿੱਸਾ ਨਹੀਂ ਹੈ। ਠੀਕ ਆ, ਸਾਡੀ ਦਸਤਾਰ, ਸਾਡਾ ਦਾੜਾ ਵਾ ਜਿਹੜਾ ਇਹਨਾਂ ਦੇ ਨਾਲ ਦਾ ਵਾ, ਪਰ ਅਸੀਂ ਸੋਚ ਕਰਕੇ ਵੱਖਰੇ ਹਾਂ। ਜਿੱਦਾਂ ਇਹ ਲੋਕ ਮਤਲਬ ਹਿੰਦੂਆਂ ਦੀ ਇੱਕ ਜਮਾਤ ਦਾ ਇੱਕ ਮੇਨ ਜਿਹੜੀ ਜਮਾਤ ਆ, ਜਿਹੜੀ ਸਿੱਖ ਕਮਿਊਨਿਟੀ ਨੂੰ ਥੱਲੇ ਡੋਬਣਾ ਚਾਹੁੰਦੀ ਆ, ਉਹਨਾਂ ਦਾ ਇੱਕ ਇਹ ਹੱਥ ਠੋਕੇ ਬਣ ਕੇ, ਉਹਨਾਂ ਦੇ ਹੱਥ ਦੀਆਂ ਕਠਪੁਤਲੀਆਂ ਬਣ ਕੇ ਚਲਾ ਰਹੇ ਆ, ਉਹਨਾਂ ਦੇ ਇਹ ਤਿਉਹਾਰਾਂ ਨੂੰ ਮਨਾ ਰਹੇ ਆ, ਇਹ ਲੋਕ ਉਹਨਾਂ ਦੇ ਵਰਗੇ ਆ, ਪਰ ਅਸੀਂ ਇਹਨਾਂ ਨਾਲੋਂ ਅੱਡੇ ਹਾਂ, ਅਸੀਂ ਇਹਨਾਂ ਦਾ ਹਿੱਸਾ ਨਹੀਂ ਹੈ, ਅਸੀਂ ਇਹਨਾਂ ਨਾਲੋਂ ਅੱਡੇ ਹਾਂ, ਔਰ ਸਾਡੀ ਸੋਚ ਕਰਕੇ ਅਸੀਂ ਅੱਡਾਂ। ਕਕਾਰ ਇਹਨਾਂ ਵਰਗੇ ਪਾਏ ਹੋਣਗੇ, ਇਹਨਾਂ ਦਾ ਕੋਈ ਪਤਾ ਨਹੀਂ ਕੱਲ੍ਹ ਨੂੰ ਸਾਡੇ ਤੋਂ ਕਕਾਰ ਵੀ ਇਹ ਕਹਿ ਦੇਣ, ਕਿਉਂਕਿ ਅਕਾਲ ਤਖ਼ਤ ਨਾਂ ਦੀ ਜਿਹੜੀ ਸੰਸਥਾ ਬਣਾਈ ਹੋਈ ਆ, ਇਹਨਾਂ ਨੇ ਸਾਡੇ 'ਤੇ ਤਾਨਾਸ਼ਾਹ ਰਾਜ ਕਰਨ ਕਰਕੇ ਬਣਾਈ ਆ। ਇਹਨਾਂ ਨੇ ਅਕਾਲ ਤਖ਼ਤ ਨੂੰ ਪ੍ਰਮੋਟ ਹੀ ਇਸ ਕਰਕੇ ਕਰਿਆ ਹੋਇਆ ਕਿ ਜਦੋਂ ਕੋਈ ਬੰਦਾ ਬੋਲਦਾ ਵਾ ਉਹਨੂੰ ਖੁੰਟ ਨਾਲ ਬੰਨਣ ਕਰਕੇ ਅਕਾਲ ਤਖ਼ਤ 'ਤੇ ਬੈਠ ਕੇ, ਉਹ ਬੰਦੇ ਢੇਲੇ ਦੀ ਬੰਦਿਆਂ ਨੂੰ ਅਕਲ ਨਹੀਂ ਹੁੰਦੀ, ਕਦੇ ਸਰਸੇ ਵਾਲੇ ਨੂੰ ਯਾਰ ਮਾਫ਼ ਕਰਦੇ ਆ, ਕਦੇ ਉਹਨੂੰ ਕਹਿ ਦਿੰਦੇ ਆ ਵੀ ਅਸੀਂ ਇਉਂ ਕਰਦੇ ਹਾਂ। ਉਹ ਗੁਰਲਾਲ ਜਿਹਦੀਆਂ ਤੂੰ ਗੱਲਾਂ ਕਰਦਾ ਨਾ, ਕਹਿੰਦਾ ਭਾਈ ਸਾਹਿਬ ਲਈ ਤਾਂ ਮੈਂ 1.5 ਸਾਲ ਪਹਿਲਾਂ ਕਹਿਤਾ ਸੀਗਾ ਵੀ ਇਹ ਸੇਕੇ ਹੋਏ ਬੰਦਿਆਂ ਦੇ ਹੱਕ 'ਚ ਖੜੂ। ਰਣਜੀਤ ਸਿੰਘ ਢੱਡਰੀਆਂ ਵਾਲਾ ਸੀਗਾ ਜਿਹੜਾ ਹੈੱਕ ਠਾਣ ਕੇ ਖੜਿਆ ਸੀ, ਹੈੱਕ ਠੋਕ ਕੇ ਕਹਿੰਦਾ ਸੀ ਵੀ ਅਸੀਂ ਇਸ ਮਾਫ਼ੀ ਨੂੰ ਮਾਫ਼ੀ ਨਹੀਂ ਮੰਨਦੇ, ਚਾਹੇ ਸਾਡੇ ਗਰਦਨ 'ਤੇ ਤਲਵਾਰ ਧਰ ਲਓ। ਉਹ ਰਣਜੀਤ ਸਿੰਘ ਆ ਜਿਹਦੀਆਂ ਤੂੰ ਗੱਲਾਂ ਮਾਰਦਾ ਵਾਂ, ਗੱਲ ਕਹਿਣ ਤੋਂ ਪਹਿਲਾਂ ਸੋਚ ਲਿਆ ਕਰ, ਤੇਰਾ ਜਿਹੜਾ ਡੰਡਾ ਡਿੱਕਰ ਆ ਨਾ, ਜਿਹੜੀ ਤੁਹਾਡੀ ਇਹ ਰੋਟੀ ਦੀ ਸਾਂਝ ਆ ਜਿਹੜੀ ਇਹਨਾਂ ਨਾਲ, ਇਹ ਤੁਸੀਂ ਬਣਾ ਕੇ ਰੱਖੋ ਉਹਨਾਂ ਨਾਲ, ਸਾਡੀ ਕੋਈ ਸਾਂਝ ਨਹੀਂ। ਨਾਲੇ ਜਿਹੜੀਆਂ ਏਜੰਸੀਆਂ ਦੀਆਂ ਗੱਲਾਂ ਕਰਦਾ, ਜੇ ਏਜੰਸੀਆਂ ਵਾਲਾ ਕੰਮ ਹੋਵੇ ਨਾ, ਹੈੱਕ ਠੋਕ ਕੇ ਅਗਲੇ ਤੁਰੇ ਫਿਰਨ, ਉਹਨੂੰ ਸਿਕਿਉਰਿਟੀ ਲੈਣ ਦੀ ਲੋੜ ਨਹੀਂ ਸੀ। ਏਜੰਸੀਆਂ ਦੇ ਬੰਦਿਆਂ ਦਾ ਤਾਂ ਉਈ, ਜਿਹੜਾ ਤੇਰੇ ਵਰਗਾ ਮਾੜਾ ਜਿਹਾ ਬੋਲਦਾ ਨਾ, ਅਗਲਾ ਚੱਕ ਕੇ ਅੰਦਰ ਕਰਾ ਦਿੰਦਾ। ਔਰ ਤੁਹਾਡੇ ਬੰਦੇ ਜਿਹੜੇ ਤੁਸੀਂ ਕਹਿੰਦੇ ਹੋ ਕੌਮ ਦੇ ਜੇ ਕਰਤਾ, ਕੌਮ ਲਈ ਬਹੁਤ ਕਰਤਾ, ਫੁੱਲ 100% ਫੈਸਿਲਿਟੀਆਂ ਮਿਲੀਆਂ ਅਗਲਿਆਂ ਨੂੰ, ਅੰਦਰ ਸਭ ਕੁਝ ਚੱਲਦਾ, ਸਭ ਕੁਝ ਮਿਲਦਾ ਉਹਨਾਂ ਨੂੰ, ਪੂਰੀਆਂ ਫੈਸਿਲਿਟੀਆਂ ਮਿਲਦੀਆਂ, ਨਾਲੇ ਤੁਹਾਨੂੰ ਪਤਾ ਵੀ ਆ ਸਭ ਕੁਝ। ਜਿਹੜੀਆਂ ਵਿਚਾਰਾਂ ਤੁਸੀਂ ਕਰਦੇ ਹੋ ਨਾ, ਇਹ ਆਪਦੇ ਆਪਸ 'ਚ ਕਰਿਆ ਕਰੋ। ਜਿਹੜੇ ਤੁਹਾਡੇ ਗੁੱਟ ਬਣੇ ਹੋਏ ਆ, ਉਹ ਜਿਹੜਾ ਬਘੇਲ ਸਿੰਘ ਕੁੱਤੇ ਖਾਣੀ ਗਰੁੱਪ ਹੋ ਗਿਆ, ਆਹ ਜਿਹੜੇ ਆਹ ਲਾਣਾ ਦੂਜਾ ਤੁਰਿਆ ਫਿਰਦਾ, ਉਹਨਾਂ ਦੇ ਗਰੁੱਪਾਂ 'ਚ ਕਰਿਆ ਕਰੋ ਪਰਸਨਲ ਟੋਕ, ਐਵੇਂ ਨਾ ਇੱਥੇ ਆ ਕੇ ਜਵਲੀਆਂ ਮਾਰਿਆ ਕਰੋ। ਸਭ ਕੁਝ ਪਤਾ ਸੰਗਤ ਨੂੰ, ਕੀ ਨਹੀਂ ਪਤਾ ਹੈਗਾ, ਕਿਹੜੇ ਕਿਹੜੇ ਤੁਹਾਡੇ ਮਤਲਬ ਕੌਮ ਦੇ ਸਿਰ 'ਤੇ ਬਿਠਾਏ ਹੋਏ, ਤੁਸੀਂ ਕਹਿੰਦੇ ਜੀ ਸਾਡੇ ਆਹ ਸ਼ਹੀਦ ਆ, ਸਾਡਾ ਆਹ ਵਾ, ਸਾਡਾ ਜਿੰਦਾ ਸ਼ਹੀਦ ਆ, ਉਹ ਬੰਦਾ BJP ਦੀ ਸਪੋਰਟ ਕਰ ਗਿਆ ਮੇਰਾ ਖਿਆਲ, ਉਹ ਰਾਜੂ ਆਣਾ ਸਾਹਿਬ ਜੀ, ਉਹ ਕਹਿੰਦੀ ਇਹਦੀ ਸਪੋਰਟ ਕਰੋ, ਕੋਈ ਕਾਂਗਰਸ ਦੀ ਸਪੋਰਟ ਕਰਦਾ, ਕੋਈ ਕਿਹਦੀ ਸਪੋਰਟ ਕਰੀ ਜਾਂਦਾ, ਕਰੀ ਜਾਓ ਯਾਰ, ਫਿਰ ਸਾਡੇ ਸਿਰ 'ਤੇ ਕਾਹਤੇ ਬਹਿੰਦੇ ਹੋ, ਕਿਉਂ ਕਹਿੰਦੇ ਹੋ ਕੌਮ ਦੇ, ਅਸੀਂ ਕੌਮ ਦਾ ਠੇਕਾ ਲਿਆ ਹੋਇਆ ਤੁਸੀਂ।
ਥੋਡੀ ਕੌਮ ਹੋ ਸਕਦੀ ਹੈ ਪੰਜ ਚਾਰ ਬੰਦਿਆਂ ਦੀ, ਵੀ ਅਸੀਂ ਪੰਜ ਚਾਰ ਬੰਦਿਆਂ ਦਾ ਸਮੂਹ ਆ, ਇਹਨੂੰ ਕਹਿੰਦੇ ਆ ਸਿੱਖ ਕੌਮ, ਉਹ ਸਮੂਹ ਦੇ ਤੁਸੀਂ ਜਥੇਦਾਰ ਬਣ ਜਾਓ, ਤੁਸੀਂ ਕੁਛ ਬਣੀ ਜਾਓ, ਰਹਿਣਾ ਤੁਸੀਂ ਭਾਂਡੀ ਆ। ਉਹ ਕੱਲ ਦੋ ਭੰਡ ਲੜ ਕੇ ਆਏ ਆ ਉੱਥੇ, ਦਾਦੂਵਾਲ ਤੇ ਆਪਣੇ ਮੰਡ ਸਾਹਿਬ, ਉਹਨਾਂ ਦਾ ਨਾ ਉੱਥੇ ਰੌਲਾ ਪੈ ਗਿਆ ਪੈਸਿਆਂ ਖਾਤਰ, ਟੁੱਕੜਾਂ ਦਾ ਰੌਲਾ ਸਾਰਾ, ਬਾਦਲ ਦੇ ਬਾਦਲ ਸਾਹਿਬ ਦੇ ਬਾਹਰ ਕੋਠੀ। ਮੈਂ ਤਾਂ ਕਹਿੰਦਾ ਯਾਰ ਬਾਦਲ ਤੁਹਾਡੇ ਨਾਲੋਂ ਚੰਗਾ ਯਾਰ, ਇਹੋ ਜਿਹਾ ਕੁੱਤਖਾਨਾ ਥੋੜ੍ਹਾ ਕਰਦੇ ਫਿਰਦੇ ਆ, ਉਹ ਖਬਰ ਆ ਉੱਥੋਂ ਤੋਂ ਦੁਖੀ ਹੋ ਕੇ ਪਰੇ ਹੋਏ ਹੁਣ ਥੋਤੋਂ, ਤੁਹਾਡੇ ਵਰਗੀਆਂ ਜਨਸਾਂ ਨਾਲ ਕਿਹੜਾ ਰਹਿਣਾ ਚਾਹੁੰਦਾ ਯਾਰ। ਚੱਕ ਕੇ ਵੱਡੀਆਂ ਵੱਡੀਆਂ ਕਿਰਪਾਨਾਂ, ਅਸੀਂ ਹਮ ਤੋਂ ਜਹਾਂ ਜਾਏਂਗੇ, ਹਮ ਤੋਂ ਜਹਾਂ ਜਾਏਂਗੇ, ਸਾਨੂੰ ਹਥਿਆਰ ਦਿਓ, ਸਾਨੂੰ ਸ਼ਸਤਰ ਦਿਓ। ਸ਼ਸਤਰ ਕਾਹਦੇ ਲਈ, ਇੱਕ ਦੂਜੇ 'ਤੇ ਚਲਾਈ ਜਾਂਦੇ ਉੱਥੇ ਮੰਡ ਅਤੇ ਦਾਦੂਵਾਲ ਵਿੱਚ ਹੀ। ਆਹ ਇੱਕ ਹੋਰ ਸਿੰਘ ਸੀਗਾ, ਉਹਦਾ ਮੈਨੂੰ ਨਾਂ ਨਹੀਂ ਆਉਂਦਾ, ਉਹਨਾਂ ਨੇ ਪੂਰਾ ਉੱਥੇ ਝੱਲ ਖਿਲਾਰ ਕੇ ਆਏ ਆ। ਮੈਨੂੰ ਲੱਗਦਾ ਯਾਰ ਇਹਨਾਂ ਨਾਲੋਂ ਤਾਂ ਬਾਦਲ ਵਧੀਆ ਯਾਰ, ਇਹਨਾਂ ਨਾਲੋਂ ਵਧੀਆ। ਚਲੋ ਹੋਊਗਾ ਉਹਦੇ 'ਚ ਕੋਈ ਕਮੀਆਂ ਜਿਹੜੀਆਂ ਹੋਣਗੀਆਂ, ਉਹ ਡਜ਼ਨ ਮੈਟਰ, ਆਪਾਂ ਕਦੇ ਮੈਂ ਉਹਨਾਂ ਨੂੰ ਬੋਟਮ ਨਹੀਂ ਪਾਉਂਦਾ, ਪਰ ਇਹਨਾਂ ਨਾਲੋਂ ਤਾਂ ਯਾਰ ਘੱਟ ਹੀ ਆ, ਇਹਨਾਂ ਨਾਲੋਂ ਨਹੀਂ ਹੈਗਾ ਮਾੜਾ ਉਹ ਜਿਹੜਾ ਇਹ ਗੰਦ ਪਾਉਂਦੇ ਆ। ਇਹਨਾਂ ਕੋਲੇ ਹਥਿਆਰ ਕੀ ਆ, ਜਿਵੇਂ ਇੱਕ ਜਨਾਨੀ ਕੋਲੇ ਹਥਿਆਰ ਹੁੰਦਾ, ਮਾੜੀ ਜਨਾਨੀ ਕੀ ਕਰਦੀ ਹੈ, ਜਿੱਥੇ ਜਾਂਦੀ ਹੈ ਕੱਪੜੇ ਪਾੜ ਲੈਂਦੀ ਆ, ਵੀ ਮੇਰੀ ਤਾਂ ਇੱਜ਼ਤ ਨੂੰ ਡਾਕਾ ਪੈ ਗਿਆ। ਇਹ ਜਿੱਥੇ ਜਾਂਦੇ ਆ ਧਰਨਾ ਲਾ ਲੈਂਦੇ ਆ, ਜਿੱਥੇ ਜਾਂਦੇ ਆ ਧਰਨਾ ਲਾ ਕੇ ਬਹਿ ਜਾਂਦੇ ਆ, ਨਾ ਇਹਨਾਂ ਦਾ ਕੋਈ ਦੀਨ ਆ ਨਾ ਮਾਨ ਆ ਯਾਰ ਕੋਈ। ਉਹ 15 ਤਰੀਕ ਵਾਲੇ ਆ ਭਾਈ, ਫੋਨ ਕਰ ਲਈ, ਮੇਰਾ ਨੰਬਰ ਲੈ ਲਈ ਮੈਸੇਂਜਰ 'ਤੇ, ਨਾਮ ਕੇ ਬਣਜਾਰੇ, ਦੇਖਦੇ ਹਾਂ ਕਿੰਨਾ ਕੁ ਬਣ 'ਚ ਕਮਾਇਆ ਹੋਇਆ ਤੈਂ, ਠੀਕ ਆ ਜੀ, ਆਪਾਂ ਦੇਖਦੇ ਹਾਂ ਕਿੰਨਾ ਕੁ ਬਣ ਜਾ। 15 ਮਿੰਟ ਮੇਰੇ ਨਾਲ ਗੱਲ ਕਰ ਲਿਓ ਬਾਬਾ ਜੀ ਮਹਾਂਪੁਰਖੋ, ਫਿਰ ਦੇਖਦੇ ਹਾਂ ਵੀ ਤੁਹਾਡੇ 'ਤੇ ਡੇਰੇ ਵਾਲਿਆਂ ਦੀ ਕਿੰਨੀ ਕੁ ਕਿਰਪਾ, ਅਤੇ ਸਾਡੇ 'ਤੇ 10ਵੇਂ ਪਾਤਸ਼ਾਹ ਦੀ ਸਿੱਖੀ ਦੀ ਸੋਚ ਦੀ ਕਿੰਨੀ ਕੁ ਕਿਰਪਾ, ਕਿੰਨਾ ਕੁ ਅਸੀਂ ਗੁਰੂ ਦੇ ਨਾਲ ਇੱਕ ਮਿਕਤਾ ਕਰੀ ਹੋਈ ਆ, ਗੁਰੂ ਗਿਆਨ ਨਾਲ, ਠੀਕ ਆ ਸੰਗਤ ਜੀ। ਸ਼ੇਅਰ ਨਾ ਕਰਿਓ, ਉਹਦੇ ਤੱਕ ਪਹੁੰਚਦੀ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ।